ਦੇਖ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੈਨਿਕ ਸੂਰਾ ਟਾਈਮ ਜਿਵੇਂ ਹੁਣ ਪਹਿਲਾਂ ਇੱਥੋਂ ਲੁਧਿਆਣੇ ਤੋਂ ਜੇ ਕਿਸੇ ਨੇ ਕਲਕੱਤੇ ਜਾਣਾ ਹੁੰਦਾ ਸੀ ਜੇ ਤੁਸੀਂ ਗੱਡੀ ਆਪਣੀ ਭੇਜਦੇ ਸੀ ਪਹਿਲਾਂ ਕਿੰਨੇ ਜੀ ਟੈਂਕ ਫੁੱਲ ਹੁੰਦਾ ਸੀ ਤਾਂ ਹੁਣ ਕਿੰਨੇ ਜੀ ਟੈਂਕ ਫੁੱਲ ਹੁੰਦਾ ਹੈ ਹੁਣ ਵੀ ਡੀਜ਼ਲ 1300 ਲੀਟਰ ਗੱਡੀਆਂ ਖਾ ਰਹੀਆਂ ਨੇ ਮਗਰ ਪਹਿਲਾਂ ਜਿਵੇਂ 80000 ਜਾਂਦਾ ਸੀ ਹੁਣ 1 ਲੱਖ 5000 ਚ ਟੈਂਕ ਫੁੱਲ ਹੁੰਦਾ ਹੈ ਖਰਚੇ ਪੂਰੇ ਹੁਣ ਚੋਰੀਆਂ ਚਵਾਰੀਆਂ ਹੋਣਗੀਆਂ ਲੁੱਟਖਸਟ ਹੋਊਗੀ ਇਹੀ ਹੈ ਖਰਚੇ ਦਾ ਪੂਰੇ ਹੋ ਹੀ ਨਹੀਂ ਰਹੇ ਜੈਨਕਸਵਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਿੰਮਤ ਸਿੰਘ ਦਿਗਪਾਲ ਤੇਲ ਦੀਆਂ ਬ੍ਰੇਕਾਂ ਜਿਹੜੀਆਂ ਨੇ ਉਹ ਫੇਲ ਹੋ ਚੁੱਕੀਆਂ ਨੇ ਕਿਉਂਕਿ ਤੇਲ ਦੀਆਂ ਬ੍ਰੇਕਾਂ ਤਾਂ ਫੇਲ کہہ ਰਹੇ ਆ ਕਿਉਂਕਿ ਲਗਾਤਾਰ ਅੱਜ 10 ਤੋਂ 12 ਦਿਨ ਹੋ ਗਏ ਨੇ ਲਗਾਤਾਰ ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਜਿਹੜਾ ਹੁੰਦਾ ਜਾ ਰਿਹਾ ਕਿਤੇ ਵੀ ਬ੍ਰੇਕ ਲੱਗਦੀ ਨਹੀਂ ਨਜ਼ਰ ਆ ਰਹੀ ਪਰ ਇਸ ਦੇ ਉਤੇ ਆਮ ਆਦਮੀ ਇਹ ਆਮ ਲੋਕਾਂ ਤੇ ਕੀ ਅਸਰ ਪਏਗਾ ਇਹਦੇ ਨਾਲ ਅਸੀਂ ਗੱਲਬਾਤ ਕਰਨ ਵਾਸਤੇ ਅੱਜ ਅਸੀਂ ਪਹੁੰਚੇ ਹਾਂ ਟਰਾਂਸਪੋਰਟ ਨਗਰ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਦੀਦਾਰ ਸਿੰਘ ਜੀ ਟਰਾਂਸਪੋਰਟ ਨਗਰ ਟਰਾਂਸਪੋਰਟ ਦੇ ਜੂਨੀਅਨ ਦੇ ਪ੍ਰਧਾਨ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਦੀਦਾਰ ਸਿੰਘ ਜੀ ਕੀ ਅਸਰ ਪਊਗਾ ਇਹਦਾ ਆਮ ਲੋਕਾਂ ਤੇ ਦੇਖੋ ਇਹ ਕੋਈ ਨਵੀਂ ਗੱਲ ਨਹੀਂ ਆ ਜਦੋਂ ਵੀ ਮਾਰਕੀਟ ਦੇ ਵਿੱਚ ਰੇਟ ਅਪ ਡਾਊਨ ਹੁੰਦੇ ਆ ਉਦੋਂ ਡੀਜ਼ਲ ਤੇ ਨਿਰਭਰ ਸਾਰਾ ਕੁਝ ਕਰਦਾ ਸਾਡੀ ਜਿਹੜੀ ਮੇਨ ਆਈਟਮ ਆ ਉਹ ਹੈਗੀ ਆ ਡੀਜ਼ਲ ਅਸੀਂ ਕੰਜ਼ੂਮ ਜੋ ਡੀਜ਼ਲ ਕਰਦੇ ਆ ਜੇ ਡੀਜ਼ਲ ਦੇ ਰੇਟ ਘਟਣਗੇ ਤਾਂ ਸਾਡੇ ਨੇਚਰਲੀ ਮਾਰਕੀਟ ਦੇ ਨਾਲ ਰੇਟ ਘਟ ਜਾਣੇ ਆ ਜੇ ਡੀਜ਼ਲ ਦੇ ਰੇਟ ਵਧਣਗੇ ਤਾਂ ਨੇਚਰਲੀ ਆ ਕਿ ਮਾਰਕੀਟ ਦੇ ਰੇਟ ਅੱਪ ਹੋ ਜਾਣੇ ਜਿਹੜੇ ਜਦੋਂ ਵੀ ਰੇਟ ਅੱਪ ਡਾਊਨ ਹੁੰਦੇ ਆ ਉਹ ਪਬਲਿਕ ਦੇ ਉਹਦਾ ਸਾਰਾ ਸੱਸ ਜਾਂਦਾ ਕਿਉਂਕਿ ਜੋ ਵੀ ਅਸੀਂ ਟੋਆ ਟੋਈ ਕਰਦੇ ਆ ਹਰ ਬੰਦਾ ਆਪਣੀ ਕੋਸਟ ਨੂੰ ਜੋੜਦਾ ਕੋਈ ਵੀ ਅੱਖਾਂ ਮੀਟ ਕੇ ਕੰਮ ਨਹੀਂ ਕਰ ਰਿਹਾ ਜਦੋਂ ਉਹਦੀ ਕੋਸਟ ਬਦਲਣੀ ਆ ਨੇਚਰਲੀ ਉਹ ਮਾਰਕੀਟ ਦੇ ਵਿੱਚ ਉਸ ਚੀਜ਼ ਦਾ ਰੇਟ ਵੱਜ ਜਾਣਾ ਜਦੋਂ ਰੇਟ ਵਧੂਗਾ ਪਬਲਿਕ ਤੱਕ ਜਾਣਾ ਆ ਹਰ ਜੀ ਬੰਦਾ ਇੱਥੇ ਜੋ ਵੀ ਆ ਉਹ ਜੋ ਵੀ ਬਾਹਰੋਂ ਆਈਟਮ ਆਉਂਦੀ ਆ ਉਹ ਖਰੀਦਦਾ ਆ ਉਹਨੂੰ ਕੋਸਟ ਵਧਣੀ ਆ ਉਹ ਕਰਨ ਮਹਗਾਈ ਪਤਣੀ ਆ ਮਹਗੇ ਬਲਣੀ ਆ ਪਬਲਿਕ ਚ ਹਾਂ ਕਰ ਮਚੂਗੀ ਪਹਿਲਾਂ ਹੁੰਦਾ ਸੀ ਜੀ ਪੈਟਰੋਲ ਤੇ ਡੀਜ਼ਲ ਦੇ ਰੇਟ ਜਿਹੜੇ ਸਾਲ ਸੇ ਮਹੀ ਜਾਂ 2 4 5 ਮਹੀਨੇ ਬਾਅਦ ਵਧਦੇ ਸੀ ਹੁਣ ਲਗਾਤਾਰ ਹੀ ਵਾਧਾ ਦਿਖ ਰਿਹਾ ਇਹ ਕਿਸ ਨੂੰ ਕਸੂਰਵਾਦ ਮੰਨਦੇ ਹੋ ਕਿਸ ਨੂੰ ਜ਼ਿੰਮੇਵਾਰ ਸਮਝਦੇ ਹੋ ਇਹ ਸੈਂਟਰ ਸਰਕਾਰ ਆ ਰੇਟ ਐਕਚੁਅਲੀ ਕੀ ਆ ਸਰਕਾਰ ਨਾਲ ਸਾਡਾ ਇੱਕ ਪਹਿਲੇ ਐਗਰੀਮੈਂਟ ਹੋਇਆ ਸੀ ਗੱਲਬਾਤ ਹੋਈ ਸੀ ਉਦੇ ਚ ਇਹ ਸੀ ਜਦੋਂ GST ਤੋਂ ਬਾਹਰ ਰੱਖਿਆ ਵੀ ਜਿਵੇਂ ਜੇ ਕਰੋੜ ਦੇ ਰੇਟ ਵਧਣਗੇ ਤਾਂ ਅਸੀਂ ਬਤਾਵਾਂਗੇ ਜੇ ਘਟਣਗੇ ਤਾਂ ਅਸੀਂ ਘਟਾਵਾਂਗੇ ਇੰਟਰਨੈਸ਼ਨਲ ਮਾਰਕੀਟ ਦੇ ਹਿਸਾਬ ਨਾਲ ਇਹ ਸਾਡੇ GST ਇਸ ਕਰਕੇ ਇਸ ਵਿੱਚ ਨਹੀਂ ਲੈ ਰਹੇ ਪਰ ਹੁਣ ਤਾਂ ਕਰੋੜ ਦੇ ਰੇਟ ਤਾਂ ਘਟ ਰਹੇ ਨੇ ਪਰ ਕਰੋੜ ਦੇ ਰੇਟ ਘਟਣ ਤੋਂ ਵਾਅਦਾ ਇਹਨਾਂ ਨੇ ਡੀਜ਼ਲ ਦੇ ਰੇਟ ਵਧਾਏ ਨੇ ਸਰਕਾਰ ਆਪਣੀ ਜਿਹੜੀ ਕਮਿਟਮੈਂਟ ਤੋਂ ਬਿਲਕੁਲ ਝੂਠੀ ਆ ਔਰ ਆਪਣੇ ਕਮਿਟਮੈਂਟ ਤੋਂ ਫਿਰ ਚੁੱਕੀ ਆ ਇਸ ਕਰਕੇ ਹੁਣ ਕੁਛ ਵੀ ਕਹਿ ਨਹੀਂ ਜਸਦਾ ਸਰਕਾਰ ਤਾਂ ਹੁਣ ਬਿਸ਼ਰਮੀ ਤੇ ਉਤਰੀ ਆ ਇਹ ਸਾਰਾ ਜੋ ਲੋਡ ਆ ਇਹ ਪਬਲਿਕ ਤੇ ਪੈ ਰਿਆ ਪਬਲਿਕ ਬਾਰੇ ਸਰਕਾਰ ਬਿਲਕੁਲ ਸੋਚ ਨਹੀਂ ਰਹੀ ਵੀ ਇਹ ਸਾਨੂੰ ਇਹਨਾਂ ਦੀ ਜ਼ਰੂਰਤ ਆ ਪਬਲਿਕ ਦੀ ਨਹੀਂ ਹੈ ਆਪਣੀ ਈਗੋ ਦੇ ਵਿੱਚ ਲੱਗੀ ਹੋਈ ਆ ਤੁਹਾਡਾ ਐਗਰੀਮੈਂਟ ਹੁੰਦਾ ਪੰਜਾਬ ਸਰਕਾਰ ਨਾਲ ਹੁੰਦਾ ਜਾਂ ਫਿਰ ਕੇਂਦਰੀ ਸਰਕਾਰ ਦੇ ਨਾਲ ਹੁੰਦਾ ਤੇ ਕਿਹੜੀ ਸਰਕਾਰ ਹੁੰਦੀ ਸਾਡੀ ਆਲ ਇੰਡੀਆ ਦੀ ਸੰਸਥਾ ਆ ਮੈਂ ਆਲ ਇੰਡੀਆ ਦਾ ਮੈਂਬਰ ਆ ਇਸ ਕਰਕੇ ਪੰਜਾਬ ਚੋਂ ਵੀ ਸਾਡੇ 6 ਮੈਂਬਰ ਨੇ ਆਲ ਇੰਡੀਆ ਦੇ ਉਹਦੇ ਚ ਵੀ ਮੈਂ ਮੈਂਬਰ ਆ ਜਦੋਂ ਇਹ ਸਾਰੀਆਂ ਗੱਲਾਂ ਬਾਤਾਂ ਹੋਈਆਂ ਨੇ ਉਦੋਂ ਸਰਕਾਰ ਨਹੀਂ ਇਸ ਗੱਲ ਤੋਂ ਫਰੀ ਆ ਸੈਂਟਰ ਦੀ ਸਰਕਾਰ ਦਾ ਇਹ ਸਾਰੀ ਜ਼ਿੰਮੇਵਾਰੀ ਆ ਕਿਉਂਕਿ ਐਕਸਾਈਜ਼ ਵਧਾ ਰਹੇ ਨੇ ਐਕਸਾਈਜ਼ ਵਧਾ ਰਹੇ ਇਹ ਆਪਣੀ ਕਮਾਈ ਵਧਾ ਰਹੇ ਨੇ ਪਬਲਿਕ ਬਾਰੇ ਕੁਝ ਨਹੀਂ ਸੋਚ ਰਹੇ ਲੁੱਟ ਖਸੂਟ ਹੋਦੀ ਆ ਜਿਵੇਂ ਹੁਣ ਪਹਿਲਾਂ ਇੱਥੋਂ ਲੁਧਿਆਣੇ ਤੋਂ ਜੇ ਕਿਸੇ ਨੇ ਕਲਕੱਤੇ ਜਾਣਾ ਹੁੰਦਾ ਸੀ ਜੇ ਤੁਸੀਂ ਗੱਡੀ ਆਪਣੀ ਭੇਜਦੇ ਸੀ ਪਹਿਲਾਂ ਕਿੰਨੇ ਜੇ ਟੈਂਕ ਫੁੱਲ ਹੁੰਦਾ ਸੀ ਤਾਂ ਹੁਣ ਕਿੰਨੇ ਜੇ ਟੈਂਕ ਫੁੱਲ ਹੋ ਰਿਹਾ ਪਹਿਲਾਂ ਦੇਖੋ 1300 ਲੀਟਰ ਤੇਲ ਲੱਗਦਾ ਜਿਹੜੀਆਂ ਗੱਡੀਆਂ ਹਰ ਗੱਡੀ ਦੇ ਆਪ ਆਪਣੀ ਕੰਜ਼ਿਊਮ ਆ ਜੋ ਸਾਡੇ ਇਹ ਵੱਡੀਆਂ ਗੱਡੀਆਂ ਨੇ 1300 ਲੀਟਰ ਅਸੀਂ ਡੀਜ਼ਲ ਦਿੰਦੇ ਸੀਗੇ ਹੁਣ ਵੀ ਡੀਜ਼ਲ 1300 ਲੀਟਰ ਗੱਡੀਆਂ ਖਾ ਰਹੀਆਂ ਨੇ ਮਗਰ ਪਹਿਲਾਂ ਜਿਵੇਂ 80000 ਜਾਂਦਾ ਸੀ ਹੁਣ 105000 ਚ ਟੈਂਕ ਫੁੱਲ ਹੁੰਦਾ 40 45000 ਦਾ ਗੀਣੇ ਦਾ ਜਿਹੀ ਫਰਕ ਪੈ ਗਿਆ 40 ਤੋਂ 45000 ਇੱਕ ਗੇੜੇ ਦੇ ਫਰਕ ਪੈ ਗਿਆ ਆਪਣੋਂ ਦੇ ਉੱਤੇ ਆਪ ਡੌਂਚ ਤੁਸੀਂ ਕਰੇਵ ਵਗੈਰਾ ਵੀ ਵਧਾਏ ਨੇ ਫਿਰ ਜਿਹੜਾ ਆਪਣੇ ਗੱਡੀਆਂ ਦੀ ਕੀ ਗੱਲ ਆ ਅਸੀਂ ਕੋਲੋਂ ਤਾਂ ਕੋਈ ਪਾ ਕੇ ਕੋਈ ਵੀ ਨਹੀਂ ਕਰ ਰਿਹਾ ਕੰਮ ਸਾਡਾ ਜਿਹੜਾ ਧੰਦਾ ਹੈ ਅਸੀਂ ਵੀ ਡੈਡ ਲਾਈਨ ਤੇ ਚੱਲ ਰਹੇ ਹਾਂ ਸਾਡੇ ਪੱਲੇ ਕੁਝ ਨਹੀਂ ਹੈ ਕਿਉਂਕਿ ਮਾਰਗਰਿਅ ਕੰਮ ਕਰਨ ਲਈ ਰੇਟ ਜਿਹੜੇ ਆ ਮਾਰਕੀਟ ਦੇ ਉਹ ਮਿਲ ਨਹੀਂ ਰਹੇ ਤੇ ਕੰਪੀਟੀਸ਼ਨ ਦਾ ਬਾਜ਼ਾਰ ਆ ਕੰਪੀਟੀਸ਼ਨ ਦੇ ਬਾਜ਼ਾਰ ਦੇ ਵਿੱਚ ਸਾਡੀ ਕਮਾਈ ਤਾਂ ਖਤਮ ਹੋ ਚੁੱਕੀ ਹੈ ਕਿਉਂਕਿ ਦੂਜਾ ਸਰਕਾਰ ਨੇ ਟਰਾਂਸਪੋਰਟ ਦੇ ਉੱਤੇ ਇੰਨੇ ਹਾਈਟ ਦੇ ਉੱਤੇ ਰੱਖਤਾ ਜੁਰਮਾਨੇ ਇੰਨੇ ਵਧਾਉਂਦੇ ਨੇ ਕਿ ਇੱਕ ਪੈਰ ਵੀ ਤੁਸੀਂ ਇੱਧਰ ਉੱਧਰ ਨਹੀਂ ਖਿਲ ਸਕਦੇ ਇਸ ਕਰਕੇ ਉਹ ਸਾਰੇ ਖਰਚੇ ਜਿਹੜੇ ਨਿਆਇ ਖਰਚੇ ਆ ਉਹ ਦਿਸ ਨਹੀਂ ਰਹੇ ਪਰ ਪੈਰੇ ਨੇ ਇਸ ਕਰਕੇ ਟਰਾਂਸਪੋਰਟ ਦਾ ਪੂਰਾ ਹਾਲ ਜੋ ਕਸਟਮਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਅਸੀਂ ਇੰਸ਼ੋਰੈਂਸ ਦੇ ਵੇ ਰੇਟ ਘਟਾਵਾਂਗੇ ਉਹ ਬਿਲਕੁਲ ਨਹੀਂ ਘਟਾਏ ਜੋ ਪਹਿਲਾਂ ਜੀ ਅਸੀਂ ਅੱਜ ਆ ਕਰਾਂਗੇ ਉਹ ਕਰਾਂਗੇ ਕੁਛ ਨਹੀਂ ਸਰਕਾਰ ਮੁਕਰਦੀ ਆਪਣੇ ਹਰ ਵੈਦੇ ਤੋਂ ਮੁਕਰ ਰਹੀ ਹੈ ਜਿਵੇਂ ਕੋ ਤੁਸੀਂ ਦੱਸ ਰਹੇ ਹੋ ਵੀ ਇੱਕ ਲੁਧਿਆਣੇ ਤੋਂ ਕਲਕੱਤੇ ਇੱਕ ਢੇਡੇ ਦੇ ਮਗਰ 25000 ਦਾ ਤੁਹਾਡਾ ਫਰਕ ਪੈ ਗਿਆ ਡੀਜ਼ਲ ਦਾ ਹਾਂ ਜੀ ਠੀਕ ਹੈ ਜੀ 25000 ਦਾ ਫਰਕ ਪੈ ਗਿਆ ਤੁਹਾਡੇ ਹਿਸਾਬ ਨਾਲ ਹੁਣ ਤੁਸੀਂ ਜਿਵੇਂ ਕਸਟਮਰ ਨੂੰ ਕਹਿੰਦੇ ਉਹ ਵੀ ਸਾਡਾ ਤਾਂ ਭਾਈ ਤੇਲ ਦੇ ਨਾਲ ਇੰਨਾ ਇੰਨਾ ਜਨਕੀ ਵਾਦਾ ਹੋ ਗਿਆ ਤੇ ਉਹਨਾਂ ਦਾ ਰੇਟ ਵਧਾ ਦਿਓ ਕਿ ਕਸਟਮਰ इजीली ਮੰਨ ਜਾਂਦਾ ਜਾਂ ਫਿਰ ਓਖਾ ਮੰਨਦਾ ਵਾ ਦੇਖੋ ਜਿਹੜਾ ਕਸਟਮਰ ਆ ਉਹ ਤਾਂ ਮਾਰਕੀਟ ਦੇ ਵਿੱਚ ਬੈਠਾ ਮੈਂ ਬਤਾਉਂਗਾ ਦੂਜਾ 5-10 ਵਸੇ ਘੱਟ ਕਰ ਲੂਗਾ ਉਹ ਹੌਲੀ-ਹੌਲੀ ਉਹ ਤਾਂ ਕੰਪੀਟੀਸ਼ਨ ਦੇ ਵਿੱਚ ਮਾਰਕੀਟ ਦਾ ਹਿਸਾਬ ਆ ਇਸ ਕਰਕੇ ਕਮਾਈ ਘਟ ਰਹੀ ਆ ਉਸ ਕੰਪੀਟੀਸ਼ਨ ਇਸ ਕੰਪੀਟੀਸ਼ਨ ਦੇ ਵਿੱਚ ਆ ਕੇ ਕਮਾਈ ਘਟ ਰਹੀ ਆ ਖਰਚੇ ਕਿਵੇਂ ਪੂਰੇ ਹੋਣਗੇ ਖਰਚੇ ਪੂਰੇ ਹੁਣ ਚੋਰੀਆਂ ਚਵਾਰੀਆਂ ਹੋਣਗੀਆਂ ਲੁੱਟਖਸਟ ਹੋਊਗੀ ਇਹੀ ਆ ਖਰਚੇ ਤਾਂ ਪੂਰੇ ਹੋ ਹੀ ਨਹੀਂ ਰਹੇ ਜਿੰਮੀਂ ਵਾਰ ਕਿਸ ਨੂੰ ਮੰਨਦੇ ਹੋ ਜਾਣ ਵਾਲੇ ਦਿਨਾਂ ਚ ਕੀ ਦੇਖਦੇ ਵੀ ਕੀਮਤਾਂ ਚ ਲਗਾਤਾਰ ਵਾਧਾ ਹੋਏ ਇਦਾਂ ਹੀ ਰਹੂਗਾ ਜਾਂ ਫਿਰ ਕਿਤੇ ਨਾ ਕਿਤੇ ਜਾ ਕੇ ਰੁਕੂਗਾ ਹਰ ਤੱਕ ਤਾਂ ਸਾਨੂੰ ਕੋਈ ਸੰਭਾਵਨਾ ਨਹੀਂ ਆਉਂਦੀ ਕਿਉਂਕਿ ਸਰਕਾਰ ਨਾਲ ਬਰਾਬਰ ਦਾ ਰੇਲਵੇ ਦੇ ਕੈਰੀ ਡੋਰ ਬਣਾ ਕੇ ਲਿਆ ਰਹੀ ਹੈ ਸਰਕਾਰ ਜਿਹੜੇ ਆਪਣੇ ਕਮਾਈ ਵਾਲੇ ਧੰਦੇ ਆ ਜਿਵੇਂ ਰੇਲਵੇ ਦਾ ਹੈ ਸਗਾ ਉਹ ਤਾਂ ਅਡਾਨੀਆਂ ਨੂੰ ਦੇ ਰਹੀ ਹੈ ਅਡਾਨੀ ਜਿਹੜੇ ਆ ਪ੍ਰਾਈਵੇਟ ਕੰਸੈਕਟਰ ਜਿਹੜਾ ਆ ਉਹ ਪਹਿਲਾਂ ਹੀ ਇਹ ਮਾਲ ਗੱਡੀ ਦਾ ਪਹਿਲਾਂ ਪ੍ਰਾਪਰਟੀ ਸੀ ਅੱਗੇ ਰੇਲਵੇ ਦਾ ਬਜਟ ਵੀ ਪਹਿਲਾਂ ਵੱਖਰਾ ਹੁੰਦਾ ਸੀ ਹੁਣ ਇਹ ਸਰਕਾਰ ਦੀ ਸਾਰੀ ਜਿਹੜੀ ਮੰਨ ਦੀ ਸੋਚ ਆ ਨਾ ਉਹਨਾਂ ਦੀ ਉਹ ਚੋਰੀ ਵਾਲੇ ਪਾਸੇ ਆ ਕਿਉਂਕਿ ਇਹਨਾਂ ਨੇ ਉਹ ਰੇਲਵੇ ਦਾ ਬਜਟ ਬੰਦ ਕਰਤਾ ਉਹਨੂੰ ਵਿੱਚੇ ਅਡਜਸਟ ਕਰ ਲਿਆ ਇਹ ਲੁੱਟ ਖਸੋਟ ਵਾਲਾ ਕੰਮ ਆ ਉਹਦੇ ਚ ਕੀ ਆ ਰੇਲਵੇ ਕਮਾ ਸੀ ਬਜਟ ਦੀ ਉਹ ਹੁਣ ਬਜਟ ਨੂੰ ਵਿੱਚੇ ਅਡਜਸਟ ਕਰਕੇ ਜਿਹੜਾ ਅਡਾਨੀ ਨੂੰ ਦੇ ਦਿੱਤਾ ਕਮਾਈ ਵਾਲਾ ਸਾਧਨ ਅਡਾਨੀ ਨੂੰ ਦਿੱਤਾ ਜਿਹੜਾ ਘਟੇ ਵਾਲਾ ਸਾਧਨ ਆ ਆਪਣੇ ਕੋਲ ਰੱਖ ਲਈ ਜਿਹੜੀਆਂ ਕਿ ਪੈਸੇਂਜਰ ਗੱਡੀਆਂ ਨੇ ਹੁਣ ਪੈਸੇਂਜਰ ਦੇ ਉੱਤੇ ਖਰਚਾ ਆ ਜਿਹੜਾ ਮਾਲ ਗੱਡੀ ਉੱਤੇ ਖਰਚਾ ਕੋਈ ਨਹੀਂ ਐ ਕਿ ਗੰਜਣ ਲਾ ਕੇ ਚਲਾਉਣਾ ਆ ਉਹ ਅਡਾਨੀ ਨੇ ਦਿੰਦਾ ਉਹ ਉਹਦਾ ਕੰਪੀਟੀਸ਼ਨ ਸਾਡੇ ਨਾਲ ਕਰਾ ਦਿੱਤਾ ਇਸੇ ਕਰਕੇ ਉਹ ਡੀਜ਼ਲ ਦੇ ਰੇਟ ਵਧਾਈ ਵਧਾਈ ਜਾਂਦੇ ਆ ਕਿ ਜਿਹੜਾ ਇਹ ਕੰਮ ਆ ਅਡਾਨੀਆ ਕੋ ਚੱਲ ਜੇ ਮਾਲ ਗੱਡੀਆਂ ਤਾਂ ਤੇ ਤੁਹਾਡਾ ਟਰਾਂਸਪੋਰਟੇਸ਼ਨ ਦਾ ਤੁਹਾਡਾ ਕੀ ਜਾਨੀ ਕੰਸਰਨ ਹੈਗਾ ਮਾਲ ਦੇਖੋ ਜੋ ਮਾਰਕੀਟ ਆ ਮਾਰਕੀਟ ਦਾ ਵਪਾਰੀ ਨੂੰ ਤਾਂ ਜਿੱਥੋਂ ਸਸਤਾ ਪਾਊਗਾ ਉੱਥੇ ਜਾਊਗਾ ਉਹਨਾਂ ਨੇ ਜਿਹੜੇ ਥੋਕਮਾਲ ਨੇ ਉਹ ਰੇਲਵੇ ਦੇ ਕੋਲ ਚਲ ਜਾਣਗੇ ਨੈਚੁਰਲ ਕਿਉਂਕਿ ਰੇਲਵੇ ਦੇ ਭਾੜੇ ਸਾਡੇ ਨਾਲ ਕੰਪੀਟੀਸ਼ਨ ਦੇ ਵਿੱਚ ਇੰਨੇ ਘੱਟ ਜਾਣੇ ਨੇ ਸਾਡੇ ਸਾਨੂੰ ਪਸਾ ਇਸ ਕਰਦੇ ਸਾਡੇ ਡੀਜ਼ਲ ਦੇ ਰੇਟ ਜ਼ਿਆਦਾ ਨੇ ਅਸੀਂ ਵੀ ਆਪਣੀ ਕਾਸਟ ਜੋੜਦੇ ਹਾਂ ਸਾਡੇ ਪਰਤੇ ਜਿਹੜੇ ਬਾਹਰ ਹੋ ਜੂਗਾ ਤੇ ਰੇਲਵੇ ਨੂੰ ਪਰਤੇ ਜਾ ਕਿਉਂਕਿ ਉਹਨਾਂ ਤੇ ਇੱਕ ਇੰਜਨ ਦੇ ਨਾਲ 60 ਡੱਬੇ ਲੱਗ ਜਾਣੇ ਨੇ ਸੋ ਮਾਲ ਗੱਡੀਆਂ ਦੀ ਗੱਲ ਹੈ ਅੰਬਾਨੀਆ ਡਾਨੀਆ ਦੀ ਗੱਲ ਹੈ ਜੇ ਗੱਲ ਕਰਦੇ ਜਿਹੜਾ ਕਿਸਾਨਾਂ ਦਾ ਸੰਘਰਸ਼ ਹੈ ਦਿੱਲੀ ਦੇ ਵਿੱਚ ਲਗਾਤਾਰ ਜਾਰੀ ਹੈ ਉਹਦੇ ਨਾਲ ਵੀ ਕੋਈ ਇਫੈਕਟ ਪਿਆ ਦੇ ਕੋ ਸਾਨੂੰ ਕੋਈ ਫਰਕ ਨਹੀਂ ਪਿਆ ਹੈਗਾ ਇਹ ਮਾਰਕੀਟ ਨੂੰ ਫਰਕ ਤਾਂ ਹੈ ਹੀ ਆ ਮਾਰਕੀਟ ਨੂੰ ਫਰਕ ਤਾਂ ਹੈ ਹੀ ਆ ਕਿਉਂਕਿ ਦੁਨੀਆ ਇੰਨੀ ਬੇਲੀ ਬੈਠੀ ਆ ਛੋਟਾ ਜਿਹੜਾ ਬੰਦਾ ਹੈ ਉਹਦੇ ਕੋਈ ਕਾਰੋਬਾਰ ਰਿਆ ਨਹੀਂ ਜਿਹੜਾ ਸਟਾਕ ਸਟੌਕ ਖਤਮ ਹੋ ਗਿਆ ਇਸ ਚੱਕਰ ਦੇ ਵਿੱਚ ਹਰ ਬੰਦੇ ਦੀ ਸੋਚ ਜਿਹੜੀ ਬਣੀ ਹੋਈ ਆ ਵੀ ਪਤਾ ਨਹੀਂ ਕੱਲ ਨੂੰ ਕੀ ਹੋਣਾ ਕਿਸੇ ਕੋਲ ਜੌਬ ਨਹੀਂ ਰਹੀ ਕਿਸੇ ਕੋਲ ਕੁਝ ਨਹੀਂ ਰਿਹਾ ਉਹ ਬੰਦਾ ਉਨਾ ਹੀ ਲੈਂਦਾ ਮਾਲ ਜਿੰਨੀ ਉਹਨੂੰ ਜ਼ਰੂਰਤ ਸਟਾਕ ਕਰਨ ਵਾਲੇ ਸਮਰੱਥਾ ਨਹੀਂ ਕਿਸੇ ਕੋਲ ਇਸ ਕਰਕੇ ਮਾਰਕੀਟ ਦੇ ਵਿੱਚ ਮੰਦਾ ਹੈ ਜੀ ਦਾਰਜੀ ਜਿਵੇਂ ਤੁਸੀਂ ਦੱਸਿਆ ਪਹਿਲਾਂ ਤੁਹਾਡੀ ਸੈਂਟਰ ਨਾਲ ਗੱਲਬਾਤ ਹੁੰਦੀ ਸਰਕਾਰ ਨਾਲ ਗੱਲਬਾਤ ਹੁੰਦੀ ਹੈ ਕਿ ਜਿਹੜੇ ਜੀਐਸਟੀ ਤੋਂ ਬਾਅਦ ਅਸੀਂ ਉਹ ਰੱਖਾਂਗੇ ਕਿ ਜਿੱਦਾਂ ਹੀ ਯਾਨੀ ਕਿ ਤੇਲ ਦੀ ਜਿਹੜੇ ਗ੍ਰੇਡ ਤੁਸੀਂ ਕਹਿ ਰਹੇ ਕਿ ਕੀਮਤਾਂ ਵਧਣਗੇ ਜਾਂ ਘਟਣਗੇ ਉਹਦੇ ਨਾਲ ਵਾਧਾ ਘਟਾ ਕੀਤਾ ਜਾਊਗਾ ਪਰ ਹੁਣ ਜਿਹੜਾ ਲਗਾਤਾਰ ਗ੍ਰੇਡ ਦੀ ਕੀਮਤ ਘਟ ਰਹੀ ਹੈ ਪੈਟਰੋਲ ਡੀਜ਼ਲ ਦੀ ਕੀਮਤ ਵੱਧ ਰਹੀ ਹੈ ਤੁਹਾਡਾ ਡੀਜ਼ਲ ਨਾਲ ਬਹੁਤ ਸੰਬੰਧ ਹੈ ਕਿ ਤੁਹਾਡੇ ਟਰੱਕਾਂ ਦਾ ਜਿੰਨਾ ਵੀ ਸਿਸਟਮ ਹੈ ਸਾਰਾ ਡੀਜ਼ਲ ਤੇ ਹੀ ਹੈ ਕਿ ਗੱਲਬਾਤ ਕਰਨ ਦੀ ਕੋਸ਼ਿਸ਼ ਹੁਣ ਕਰੋਗੇ ਸਰਕਾਰ ਨਾਲ ਸਾਡੀ ਹੁਣ ਮੀਟਿੰਗ ਹੋਈ ਸੀ ਆਲ ਇੰ ਉਹਦੇ ਵਿੱਚ 14 ਦਿਨ ਦਾ ਦਿੱਤਾ ਅਲਟੀਮੇਟਮ ਸਰਕਾਰ ਨੂੰ ਵੀ ਨੇਤਾ ਅਸੀਂ ਵੱਡੇ ਸੰਘਰਸ਼ ਤੇ ਜਾਵਾਂਗੇ ਜੇ ਤੁਸੀਂ ਇਹਦੇ ਬਾਰੇ ਨਹੀਂ ਸੋਚੋਗੇ ਤਾਂ ਕਦੋਂ ਮੀਟਿੰਗ ਹੋਈ ਤੁਹਾਡੀ ਹੁਣ ਆ 13 ਤਰੀਕ ਨੂੰ ਹਾਂਜੀ 13 ਫਰਵਰੀ ਨੂੰ ਆਲ ਇੰਡੀਆ ਦੀ ਸਾਡੀ ਮੀਟਿੰਗ ਹੋਈ ਆ ਅਸੀਂ ਸਰਕਾਰ ਨੂੰ ਉਹਦੇ ਵਿੱਚ ਨੋਟਿਸ ਦਿੱਤਾ ਵੀ ਇੰਨੇ ਦਾ ਕਰਕੇ ਸਾਡੇ ਦੇ ਡੀਜ਼ਲ ਦੇ ਬਾਰੇ ਤੇ ਸੋਚੋ ਕੁਛ ਕਿੰਨੇ ਤਾਂ ਸਾਨੂੰ ਸਾਨੂੰ ਵੱਡੇ ਸੰਘਰਸ਼ ਤੇ ਜਾਣਾ ਪਊਗਾ ਜੇ ਸਟ੍ਰਾਈਕ ਕਰਾਂਗੇ ਕਿੰਦਾਂ ਦੀ ਸਟ੍ਰਾਈਕ ਕਰੋਗੇ ਜੇ ਸਰਕਾਰਾਂ ਨਹੀਂ ਮੰਨਣਗੀ ਆਲ ਇੰਡੀਆ ਦੇ ਲੈਵਲ ਤੇ ਸਟ੍ਰਾਈਕ ਹੋਊਗੀ ਜੀ ਹਾਂਜੀ ਪ੍ਰਵੀਸ਼ਨ ਸਰਦਨਾਂ ਦੀਦਾਰ ਸਿੰਘ ਦੀ ਟਰਾਂਸਪੋਰਟ ਨਗਰ ਐਸੋਸੀਏਸ਼ਨ ਦੇ ਪ੍ਰਧਾਨ ਜਿਨ੍ਹਾਂ ਨੇ ਸਾਫ਼ ਤੌਰ ਤੇ ਕਹਿਣਾ ਹੈ ਕਿ ਜਿਹੜੇ ਪੈਟਰੋਲ ਦੇ ਡੀਜ਼ਲ ਜਿਹੜੇ ਲਗਾਤਾਰ ਕੀਮਤਾਂ ਵੱਧ ਰਹੀਆਂ ਹਨ ਤਾਂ ਸਿੱਧਾ ਸਬੰਧ ਆਮ ਲੋਕਾਂ ਦੇ ਹੈ ਔਰ ਸਰਕਾਰਾਂ ਨਾਲ ਗੱਲਬਾਤ ਦਾ سلسلہ ਵੀ ਜਾਰੀ ਹੈ ਔਰ ਇਹਨਾਂ ਨੇ ਕਿਹਾ ਹੈ ਕਿ ਜੇਕਰ ਸਰਕਾਰ ਆਣ ਵਾਲੇ ਦਿਨਾਂ ਦੇ ਵਿੱਚ ਤੇਲ ਦੀ ਇਹ ਕੀਮਤਾਂ ਠੱਲ ਨਹੀਂ ਪਾਏਗੀ ਤਾਂ ਆਲ ਇੰਡੀਆ ਦੇ ਵਿੱਚ ਇਹਨਾਂ ਦੇ ਵੱਲੋਂ ਚੱਕਾ ਜੰਮ ਕਰਕੇ ਸੰਘਰਸ਼ ਕੀਤਾ ਜਾਵੇਗਾ ਕੈਮਰਾ ਪਰਸਨ ਪਮਨ ਦੇ ਨਾਲ ਹਿੰਮਤ ਸਿੰਘ ਦੀ ਗਪਾਲ ਡੇਨਿਕ ਸਵੇਰਾ ਲੁਧਿਆਣਾ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक एना चोरा ठग्गा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ इकती घंटे समाधान फ्री फ्री फ्री, फ्री मियां रफीक मोहम्मद मोबाइल चौरासी तीन सौ चौहत्तर चौरानवे छह सौ संताली चौरासी तीन सौ ਬਾਬਾ ਸੁਲਤਾਨ ਬੰਗਾਲੀ ਇੱਕੀ ਵਾਰ ਗੋਲਡ ਮੈਡਲਿਸਟ ਸਾਰੀਆਂ ਥਾਵਾਂ ਤੋਂ ਨਿਰਾਸ਼ ਤੇ ਮਾਇੂਸ ਹੋਣ ਵਾਲੀ ਇੱਕ ਵਾਰ ਫੋਨ ਜ਼ਰੂਰ ਕਰੋ ਜਿਵੇਂ ਚਾਹੋਗੇ ਉਵੇਂ ਹੋਏਗਾ ਇਟਸ ਮਾਈ ਪ੍ਰੋਮਿਸ ਇਮੀਡੀਏਟਲੀ ਰਿਜ਼ਲਟ ਟੋਪਨ ਚੈਲੰਜ ਇਲਮਾ ਦੀ ਬਾਹੀ ਰੇ ਟੂ ਜ਼ੈਡਸ ਮੈਂ ਸਿਆਮਦਾ ਫੋਨ ਤੇ ਘਰ ਬੈਠੇ ਕਰਵਾਓ ਹਲ ਵਸ਼ਿਕਰਨ ਅਤੇ ਮੁਟਕਰਨੀ ਲਵ ਮੈਰਿਜ ਸੋਤਨ ਅਤੇ ਦੁਸ਼ਮਨ ਤੋਂ ਛੁਟਕਾਰਾ ਪੱਕਾ ਕੰਮ ਪੱਕਾ ਹੱਲ 101% ਗਾਰੰਟੀ ਸਟੈਂਪ ਪੇਪਰ ਤੇ ਲਿਖ ਕੇ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਦਾ ਨੌਕਰੀ ਪ੍ਰਮੋਸ਼ਨ ਕਾਰੋਬਾਰ ਦੀ ਪਰੇਸ਼ਾਨੀ ਘਰ ਚ ਝਗੜਾ ਕੋਰਟ ਕੇਸ ਤਲਾਕ ਪ੍ਰਾਪਰ ਸੈਨੂੰ ਬਣਾਉਣਾ ਫੋਨ 9560392450 9560392451 ਇਸ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਡੇਨਿਕ ਸੂਰਾ ਟਾਈਮਸ